ਸਭ ਤੋਂ ਪਹਿਲਾਂ ਜੋ ਸਿੱਖਿਜ਼ਮ ਸੀ ਉਹ ਅਨਟਚੇਬਲ ਸ਼ੂਦਰਾਂ ਤੱਕ ਆਇਆ। ਅਨਟਚੇਬਲ ਸ਼ੂਦਰ ਜਿਨ੍ਹਾਂ ਨੂੰ ਅਛੂਤ ਕਹਿੰਦੇ ਆ, ਦਸਵੇਂ ਬੰਦਾ ਸਿੰਘ ਬਹਾਦਰ ਤੱਕ ਅਨਟਚੇਬਲ ਸ਼ੂਦਰ ਸਿੱਖੀ ਵਿੱਚ ਸੀ। ਇਹ ਗੱਲ ਨੋਟ ਕਰ ਲਿਓ, ਕਿਤਾਬਾਂ 'ਚ ਤੁਹਾਨੂੰ ਬਹੁਤ ਗਲਤ ਕੁਛ ਲਿਖਿਆ ਮਿਲੂਗਾ, ਉਹਨਾਂ ਨੂੰ ਫਾਲੋ ਨਹੀਂ ਕਰਨਾ। ਪਰ ਜਦੋਂ ਬੰਦਾ ਸਿੰਘ ਬਹਾਦਰ ਵੇਲੇ ਤੁਸੀਂ ਆਪਣੇ ਭਰਾਵਾਂ ਨੂੰ ਆਜ਼ਾਦ ਕਰਾਇਆ ਤਾਂ ਕਿ ਅਸੀਂ ਅੱਗੇ ਵੱਧ ਸਕੀਏ, ਅਸੀਂ ਭਾਰਤ 'ਤੇ ਰਾਜ ਕਰਨਾ, ਜਿਹੜੇ ਲੋਕ ਸਾਡੇ ਜ਼ਮੀਨਾਂ 'ਤੇ ਬ੍ਰਾਹਮਣ ਖੱਤਰੀ ਵੈਸ਼ਾਂ ਦੇ ਥੱਲੇ ਕੰਮ ਕਰਦੇ ਸੀ ਉਹਨਾਂ ਨੂੰ ਆਜ਼ਾਦ ਕਰਾਇਆ, ਮੁਜ਼ਾਹਰੇ ਕਹਿੰਦੇ ਸੀ ਜਿਨ੍ਹਾਂ ਨੂੰ ਜੱਟ ਕਹਿੰਦੇ ਆਪਾਂ, ਉਹ ਸਿੱਖੀ 'ਚ ਆਏ, ਉਹ ਲੋਕ ਸਿੱਖੀ 'ਚ ਆਏ। ਅਤੇ ਲੇਖਕਾਂ ਨੇ, ਕਵੀਆਂ ਨੇ, ਵਿਦਵਾਨਾਂ ਨੇ ਤੁਹਾਡੀਆਂ ਸਿਫਤਾਂ ਲਿਖੀਆਂ ਕਿ ਸਿੱਖ ਬੜੇ ਮਜ਼ਹਬ ਦੇ ਪੱਕੇ ਹੁੰਦੇ ਨੇ, ਇਹ ਬੜੇ ਹੱਠ ਨਾਲ ਲੜਦੇ ਨੇ। ਅਤੇ ਅੱਜ ਤੁਹਾਡੀ ਮਜ਼ਹਬ ਵੀ ਜਾਤ ਬਣਾ ਦਿੱਤੀ, ਤੁਹਾਨੂੰ ਛੋਟੀਆਂ ਜਾਤਾਂ ਦੇ ਬਣਾ ਦਿੱਤਾ। ਕਿਉਂ? ਕਿਉਂਕਿ ਬ੍ਰਾਹਮਣ ਨੇ ਜ਼ਮੀਨਾਂ ਲੈ ਕੇ ਜਿਹੜੇ ਲੋਕ ਆਏ ਸਿੱਖੀ 'ਚ ਉਹਨਾਂ ਨੂੰ ਪਾਣ ਦੇ ਦਿੱਤੀ, ਤੁਸੀਂ ਉੱਚੀਆਂ ਜਾਤਾਂ ਦੇ ਸੀਗੇ, ਟੱਚੇਬਲ ਸ਼ੂਦਰ ਹੋ, ਉਹਨਾਂ ਨੂੰ ਪਾਣ ਦੇ ਦਿੱਤੀ। ਅਤੇ ਟੱਚ ਦਾ ਅੱਜ ਭਈਆ ਸ਼ਬਦ ਮਾੜਾ ਬਣਾਤਾ, ਉਹ ਵਿਚਾਰੇ ਮਜ਼ਦੂਰ ਸੀ, ਤੁਸੀਂ ਕਹਿਣ ਲੱਗ ਪਏ ਭਈਆ, ਭਈਆ ਹੀ ਗਾਲ ਬਣਾਤੀ ਤੁਸੀਂ। ਇੱਦਾਂ ਮੱਝ ਵੀ ਗਾਲ ਬਣਾਤੀ, ਤੁਸੀਂ ਦੇਣਦਾਰ ਗੁਲਾਮੇ ਤੁਸੀਂ ਤਾਂ ਆਏ।